ਨਾਕਾਬੰਦੀ ਜਾਣਕਾਰੀ ਦੌਰਾਨ ਮੋਗਾ ਪੁਲਿਸ ਨੇ ਮੇਨ ਚੌਂਕ 'ਤੇ ਨਾਕਾਬੰਦੀ ਕੀਤੀ ਸੀ ਅਤੇ ਇੱਕ ਮੋਟਰਸਾਈਕਲ 'ਤੇ ਆ ਰਿਹਾ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ। ਪੁਲਿਸ ਨੇ ਮੌਕੇ 'ਤੇ ਉਸ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਸ ਨੌਜਵਾਨ 570 ਗ੍ਰਾਮ ਦੀ ਡੀਪੀਐਸ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ। ਹਾਂਜੀ, ਕੱਲ੍ਹ ਕਸ਼ ਦੇ ਸੰਬੰਧ ਵਿੱਚ ਬੱਸ ਸਟੈਂਡ ਮੋਗਾ ਕੋਲ ਮੌਜੂਦ ਸੀ ਪੁਲਿਸ ਪਾਰਟੀ ਦੇ ਨਾਲ, ਅਤੇ ਉੱਥੇ ਜਦੋਂ ਅਸੀਂ ਬੱਸ ਸਟੈਂਡ ਦੇ ਕੋਲ ਪਹੁੰਚੇ ਤਾਂ ਇੱਕ ਮੋਨਾ ਨੌਜਵਾਨ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਦੌੜਨ ਲੱਗਾ, ਤਾਂ ਉਹਨੂੰ ਫਿਰ ਅਸੀਂ ਸ਼ੱਕ ਦੇ ਬਿਨਾਂ 'ਤੇ ਫੜ ਲਿਆ। ਪੁਲਿਸ ਪਾਰਟੀ ਦੀ ਮਦਦ ਨਾਲ ਉਹਨੂੰ ਅਸੀਂ ਪਕੜਿਆ, ਤਾਂ ਉਹਦੀ ਤਲਾਸ਼ੀ ਕੀਤੀ ਗਈ ਅਤੇ ਉਹਦੇ ਕੋਲ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਤੋਂ ਬਾਅਦ ਫਿਰ ਉਹਨੂੰ ਮਤਲਬ ਅਗਲੀ ਕਾਰਵਾਈ ਚੱਲ ਰਹੀ ਆ ਅਤੇ ਪੁੱਛਗਿੱਛ ਚੱਲ ਰਹੀ ਆ।